ਕਿਉਂ ਜੀ? ਇਹ ਤੁਹਾਡੇ ਹੱਥ 'ਚ ਫੈਸਲਾ ਹੈ। ਅਸੀਂ ਤੇ ਮੁਰਾਦ ਹੈ ਪੂਰੀ ਤਾਰੀਖ ਲੱਭਿਆ ਗਿਆ ਰਸੂਲਾ, ਮੁਰਾਦ ਅਸੀਂ ਤੋਂ ਮੁਰਾਦ ਮੈਂ ਨਹੀਂ ਆਉਂਦਾ। ਮੈਂ ਤੇ ਪਾਣੀ 2-4 ਫੁੱਟ ਪਰੇ ਪਿਆ ਹੋਵੇ ਤੇ ਪਾਣੀ ਨਹੀਂ ਪਕੜ ਸਕਦਾ, ਮੈਂ ਤਾਂ ਇਤਨਾ ਮਾਜ਼ੂਰ ਆਦਮੀ ਹਾਂ। ਇਹ ਮੁਰਾਦ ਹੈ, ਤੁਸੀਂ ਲੋਕ ਹੋ ਸਾਰੇ, ਅਸੀਂ ਤੁਹਾਡੇ ਵਾਸਤੇ ਇੱਕ ਮਾਹੌਲ ਪੈਦਾ ਕਰ ਦਿੱਤਾ ਕਿ ਨਹੀਂ ਯਾਰ, ਸਦੀਆਂ ਬਾਅਦ ਵੀ ਕੋਈ ਦੀਨ ਵਾਸਤੇ ਖੜਾ ਹੋ ਜਾਏ ਤੇ ਮਰਦਾ ਬੰਦਾ ਨਹੀਂ। ਜੇ ਮਰਦਾ ਹੁੰਦਾ ਤੇ ਮੈਂ ਕਦੋਂ ਦਾ ਮਰ ਚੁੱਕਿਆ ਹੁੰਦਾ। ਮੈਂ ਆਪਣੇ ਬਾਰੇ ਤੁਹਾਡੇ ਨਾਲ ਗੱਲ ਕਰ ਰਿਹਾ, ਵੱਲਾ ਮੈਂ ਕਦੋਂ ਦਾ ਇਹਨਾਂ ਨੇ ਜਿਹੜੇ ਹਰਬੇ ਇਸਤੇਮਾਲ ਕੀਤੇ, ਤੇ ਮੈਂ ਕਦੋਂ ਦਾ ਹਾਰਟ ਅਟੈਕ ਹੋ ਚੁੱਕਿਆ ਹੁੰਦਾ। ਆਖਿਰ ਬੰਦਾ ਬੰਦਾ ਹੈ ਨਾ, ਆਖਿਰ ਇੱਕ ਹੱਦ ਹੁੰਦੀ ਜ਼ੁਲਮ ਓ ਸਿਤਮ ਦੀ ਵੀ, ਲੇਕਿਨ ਮੈਨੂੰ ਹਰ ਵਾਰੀ ਇੱਕ ਨਵਾਂ ਮਜ਼ਾ ਆਇਆ ਇਹਨਾਂ ਦੇ ਜ਼ੁਲਮ ਓ ਸਿਤਮ ਸਹਿਣ ਦਾ, ਇੱਕ ਨਵਾਂ ਮਜ਼ਾ ਆਇਆ ਕਿ ਮੈਂ ਆਖਿਆ ਯਾਰ ਕੋਈ ਗੱਲ ਨਹੀਂ, ਤੂੰ ਕਿਹੜੇ ਕੰਮ ਕੀਤੇ, ਤੂੰ ਵੀਲ ਚੇਅਰ ਤੇ ਬੈਠਿਆ, ਤੂੰ ਕੀ ਹੋਇਆ, ਜੇ ਰੋਟੀ ਨਹੀਂ ਮਿਲੀ ਤਾਂ ਕਿਹੜੀ ਬਾਤ ਹੈ, ਤੇਰਾ ਘਰ ਸਾਰਾ ਲੁੱਟ ਕੇ ਲੈ ਗਿਆ ਤਾਂ ਕਿਹੜੀ ਬਾਤ ਹੈ, ਮਾਲਿਕ ਤੈਨੂੰ ਹੋਰ ਦੇ ਜਾਣ। ਕਿਉਂ ਜੀ? ਪੁੱਤਰਾ ਮੇਰੇ ਨੂੰ ਮਾਰਿਆ ਇਹਨਾਂ ਨੇ, ਲਿਟਾ ਲਿਟਾ ਕੇ ਕੁੱਟਿਆ, ਮਰਨ ਦੇ ਕਰੀਬ ਜੇ ਪਹੁੰਚੇ ਤਾਂ ਉਹਨਾਂ ਦੀ ਜਾਨ ਛੋੜੀ। ਮੈਂ ਕਿਹਾ ਮਰ ਵੀ ਜਾਂਦੇ ਤਾਂ ਸਾਹਬਾ ਦੇ ਬੱਚੇ ਨਹੀਂ ਮਰੇ, ਸ਼ਹੀਦ ਹੋਏ, ਤੇ ਸਾਡੇ ਮਰ ਗਏ ਤਾਂ ਕਿਹੜਾ ਹੋਣਾ? ਜੇਲ੍ਹਾਂ ਵਿੱਚ ਮੈਂ ਆਖਿਆ ਸਾਹਬਾ ਨਹੀਂ ਗਏ, ਨਬੀ ਨਹੀਂ ਜੇਲ੍ਹਾਂ ਵਿੱਚ ਗਏ। ਜਨਾਬ ਯੂਸਫ ਅਲੈਹਿ ਸਲਾਮ ਕਿਤਨੇ ਸਾਲ ਜੇਲ੍ਹ ਵਿੱਚ ਰਹੇ? 9 ਸਾਲ ਆਪ ਜੇਲ੍ਹ ਵਿੱਚ ਰਹੇ, ਅੱਲਾ ਦੇ ਨਬੀ। ਹਾਂਜੀ, ਤੇ ਅਸੀਂ ਜੇਲ੍ਹਾਂ ਵਿੱਚ ਅਗਰ ਰਹਿ ਰਹੇ ਤਾਂ ਕਿਹੜਾ ਕੰਮ ਹੋ ਜਾਣਾ, ਤੇ ਜਿਹੜੇ ਬਾਹਰਾਂ ਨੂੰ ਨਹੀਂ ਮਰਦੇ? ਹਾਂ, ਬਾਹਰ ਵੀ ਜਾਂਦੇ ਜਾਂਦੇ ਲੋਕ ਮਰ ਜਾਂਦੇ ਨੇ, ਜਾਂਦੇ ਜਾਂਦੇ ਐਕਸੀਡੈਂਟ ਹੋ ਜਾਂਦੇ ਨੇ, ਜਾਂਦੇ ਜਾਂਦੇ ਪਤਨੀ ਕਿਹੜੀਆਂ ਕਿਹੜੀਆਂ ਲੋਕਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ। ਜੇ ਜੇਲ੍ਹ ਵਿੱਚ ਮਰ ਗਏ ਤਾਂ ਫਿਰ ਕੀ ਹੋਣਾ? ਕੁਛ ਵੀ ਨਹੀਂ।